ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 100 ਦਿਨਾਂ ਦੇ ਵਿੱਚ 100 ਹਲਕਿਆਂ ਦੀ ਯਾਤਰਾ ਕਰਨ ਦੀ ਅੱਜ ਗੁਰਦੁਆਰਾ ਸਿੰਘ ਸਭਾ ਜੀਰਾ ਤੋਂ ਸ਼ੁਰੂਆਤ ਕਰ ਦਿੱਤੀ ਹੈ। ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਰਹਿਨਮਾਈ ਦੇ ਹੇਠ ਹੋਰ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਸ਼ਮੂਲੀਅਤ ਕੀਤੀ। ਉਹਨਾਂ ਕਿਹਾ ਕਿ ਵਿਧਾਇਕ ਕੁਲਵੀਰ ਸਿੰਘ ਜੀਰਾ ਨੇ ਜਿਨ੍ਹਾਂ ਜ਼ੁਲਮ ਵਰਕਰਾਂ 'ਤੇ ਕੀਤਾ ਹੈ ਇਸ ਦੀ ਸਜ਼ਾ ਉਹਨਾਂ ਨੂੰ ਜੇਲ੍ਹ ਭੇਜ ਕੇ ਹੋਵੇਗੀ। ਇਸ ਮੌਕੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਉਹ ਹਲਕਾ ਵਾਈਜ਼ ਦੌਰਾਂ ਦੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਮੰਤਰੀਆਂ ਦੇ ਵੱਲੋਂ ਕੀਤੇ ਭ੍ਰਿਸ਼ਟਾਚਾਰ ਨੂੰ ਲੋਕਾਂ ਦੇ ਸਾਹਮਣੇ ਬੇਨਕਾਬ ਕਰਨਗੇ ਅਤੇ ਆਉਣ ਵਾਲੇ ਦਿਨਾਂ ਵਿੱਚ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇਗੀ। 100 ਦਿਨਾਂ ਦਾ ਆਗਾਜ਼ ਜੀਰਾ ਮੱਖੂ ਮੱਲਾ ਵਾਲਾ ਤੋਂ ਕੀਤਾ ਗਿਆ। ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਤੁਹਾਡਾ। ਜਿਹੜਾ ਤੁਸੀਂ ਕਿਸਾਨਾਂ ਦਾ ਮੇਨ ਮਸਲਾ ਪੰਜਾਬ ਦਾ, ਤੋ ਕਿਸਾਨਾਂ ਦਾ ਦਰਦ ਅਜੇ ਤੱਕ ਕੇਂਦਰ ਸਰਕਾਰ ਨੇ ਬਿਲਕੁਲ ਨਹੀਂ ਸਮਝਿਆ। ਮੈਂ ਕੱਲ੍ਹ ਕਹਿਣਾ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ BSP ਦੀ ਸਰਕਾਰ ਆਉਣ 'ਤੇ ਕਿੰਨੇ ਕਾਨੂੰਨ ਅਸੈਂਬਲੀ ਲਿਆ ਕੇ ਰੱਦ ਕੀਤੇ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ ਰੱਦ ਨਹੀਂ ਕੀਤੇ, ਅਸੀਂ ਲਗਾਤਾਰ ਪਿਛਲੇ 2 ਸਾਲਾਂ ਦਾ ਕਹਿ ਰਹੇ ਹਾਂ, ਡਰਾਮੇ ਕਰਦੇ ਰਹਿੰਦੇ, ਪਰ ਰੱਦ ਨਹੀਂ ਕੀਤੇ। ਅਸੀਂ ਰੱਦ ਕਰਾਂਗੇ ਅਤੇ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਆਹ ਕਾਨੂੰਨ ਪੰਜਾਬ 'ਚ ਨਹੀਂ ਲਾਗੂ ਹੋਣਗੇ। ਅੱਜ ਮੈਂ ਤੁਹਾਨੂੰ ਇੱਕ ਹੋਰ ਕਹਿਣਾ ਚਾਹੁੰਦਾ, ਇੱਕ ਬਹੁਤ ਵੱਡਾ ਘਪਲਾ ਪੰਜਾਬ ਦੀ ਸਰਕਾਰ ਨੇ ਕੀਤਾ। ਪੰਜਾਬ ਦੇ ਜਿਹੜੇ ਸਰਕਟ ਹਾਊਸ ਹੈ, ਅੱਜ ਪੰਜਾਬ ਦੀ ਸਰਕਾਰ ਜਿਹੜੀ ਸਰਕਟ ਹਾਊਸ, ਹਰ ਜ਼ਿਲ੍ਹੇ ਦਾ ਸਰਕਟ ਹਾਊਸ ਹੁੰਦਾ ਹੈ, ਜਿਹੜੀ ਇੱਕ ਨਿਸ਼ਾਨੀ ਹੁੰਦੀ ਹੈ ਸਰਕਾਰ ਦੀ। ਮੈਂ ਹੈਰਾਨ ਹੈ ਕਿ ਸਰਕਟ ਹਾਊਸ ਹੀ ਵੇਚਦੇ, ਅੰਮ੍ਰਿਤਸਰ ਦਾ ਸਰਕਟ ਹਾਊਸ ਵੇਚਦਾ ਇਹਨਾਂ ਨੇ। ਇਹ ਤੋਂ ਵੱਡਾ ਘਪਲਾ ਕੀ ਹੋ ਸਕਦਾ? ਅਤੇ ਉਹ ਸਰਕਟ ਹਾਊਸ ਲੈਣ ਵਾਲੇ ਇੱਕ ਪੰਜਾਬ ਸਰਕਾਰ ਦਾ ਮੰਤਰੀ ਦਾ ਆਪਣਾ ਹਿੱਸਾ ਹੈ। ਹੁਣ ਲੁਧਿਆਣਾ ਸਰਕਟ ਹਾਊਸ ਦੀ ਟੈਂਡਰ ਹੋਣ ਲੱਗਿਆ ਯਾਰ, ਜੇ ਸਰਕਾਰ ਉਹਨੂੰ ਪਤਾ ਹੈ ਸਰਕਾਰ ਕਿ ਹੁਣ ਉਹ ਗਈ, ਹੁਣ ਲੁੱਟਣ 'ਤੇ ਲੱਗੇ, ਸਰਕਾਰੀ ਜ਼ਮੀਨਾਂ ਨੂੰ ਰੋਜ਼ ਆਕਸ਼ਨ ਕਰ ਰਹੇ ਹੈ, ਮਿਲ ਕੇ ਆਕਸ਼ਨ ਹੋ ਰਹੀਆਂ। ਜਿੰਨੀਆਂ ਵੀ ਤੁਸੀਂ ਰਿਜ਼ਰਵ ਪ੍ਰਾਈਸ ਆ ਉਹਦੇ 1 ਲੱਖ ਉੱਤੇ ਜਾਂ 10 ਲੱਖ ਉੱਤੇ ਲੈ ਕੇ ਆਕਸ਼ਨ ਕਰੀ ਜਾਂਦੇ ਆ। ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਸੋਚਦੇ ਹੈ ਕਿ ਅਸੀਂ ਸਰਕਟ ਹਾਊਸ ਲੈ ਲਿਆ ਜਾਂ ਕੁਛ ਅਸੀਂ ਹੋਰ ਆਕਸ਼ਨ ਲੈ ਲਿਆ, ਜਦੋਂ ਸਰਕਾਰ ਚੇਂਜ ਹੋਈ ਆ ਸਾਰੇ ਰੱਦ ਕੀਤੇ ਜਾਣਗੇ। ਜਿਨ੍ਹਾਂ ਨੇ ਲਿੱਤੇ ਆ ਉਹ ਵੀ ਅੰਦਰ ਹੋਣਗੇ ਕਿਉਂਕਿ ਮਿਲੀ ਭੁਗਤ ਨਾਲ, ਅਤੇ ਜਿਹੜੀ ਸਰਕਾਰੀ ਅਫਸਰਾਂ ਨੇ ਦਿੱਤੇ ਆ ਫੈਸਲਾ ਕੀਤਾ ਮੰਤਰੀ ਨੇ ਉਹ ਵੀ ਅੰਦਰ ਹੋਣਗੇ। ਸਰ ਜੀ ਇਹ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਕਿ ਤੁਸੀਂ ਸਰਕਾਰੀ ਜਾਇਦਾਦ ਵਿੱਚ ਲੁੱਟਣ 'ਤੇ ਲੱਗ ਜਾਓ। ਕੈਪਟਨ ਅਮਰਿੰਦਰ ਸਿੰਘ ਸੋਚਦਾ ਕਿ ਹੁਣ ਮੈਂ ਜਾ ਰਿਹਾ ਬਸ ਹੁਣ ਲੁੱਟ ਲਓ ਸਾਰਾ ਕੁਛ, ਜੋ ਲੁੱਟਿਆ ਪੈਸਾ ਜਿਹਨੇ ਲਿੱਤੇ ਹੈ ਸਰਕਟ ਹਾਊਸ ਜਾਂ ਜਿਹਨੇ ਕੁਛ ਕੀਤਾ ਸਾਰੇ ਅੰਦਰ ਹੋ ਜਾਂਦੇ। ਇਸ ਕਰਕੇ ਮੈਂ ਬੇਨਤੀ ਕਰਦਾ ਕਿਸੇ ਕੋਈ ਇਹ ਜੀ ਗੱਲ ਨਾ ਕਰੇ ਜਿਹੜੀ ਗਲਤ ਹੋਏ ਅਤੇ ਬਾਅਦ 'ਚ ਉਹਨੂੰ ਪਛਤਾਉਣਾ ਪਏ, ਕਿਉਂਕਿ ਸਾਰਿਆਂ ਦੀ ਇਨਕੁਆਇਰੀ ਕੀਤੀ ਜਾਊਗੀ। ਸਰ ਜਿਹੜੇ ਤੁਸੀਂ ਵਾਅਦੇ ਕਰ ਰਹੇ ਹੋ ਵਿਰੋਧ ਵੀ ਕੀਤਾ ਤੁਸੀਂ ਅੰਦਰ, ਕਿਸਾਨਾਂ ਨੇ ਨਹੀਂ ਵਿਰੋਧ ਕੀਤਾ, ਕਾਂਗਰਸ ਆ ਜਿਹੜਾ ਜੀਰਾ ਹੈ ਉਹਨੇ ਆਪਣੇ ਕਾਂਗਰਸੀ ਭੇਜੇ ਸੀ, ਸੌਕ ਭੇਜੇ ਸੀ, ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ। ਠੀਕ ਹੈ, ਅੱਜ ਤੁਸੀਂ ਮੋਟਰਸਾਈਕਲ ਰੈਲੀ ਸ਼ੁਰੂ ਕੀਤੀ, ਅੱਜ ਸਾਰੇ ਪ੍ਰੋਗਰਾਮ ਜੀਏ ਦੇ ਵਿੱਚ ਮਿਲੇ। ਆਵਾਜ਼ੀ ਕਾਮ ਟੀਵੀ ਦੀ ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।